ਜਦੋਂ ਵੋਟਾਂ ਤੋਂ ਮੈਂ ਤੈਨੂੰ ਸੁਣਾ ਦਿੰਦਾ, ਵੋਟਾਂ ਪਈਆਂ ਨੇ। ਹਾਂ, 46 ਦੇ ਵਿੱਚ ਇਲੈਕਸ਼ਨ ਹੋਇਆ, ਵੋਟਾਂ ਪਈਆਂ ਨੇ। ਇੱਧਰ ਸੀ ਰਾਈ, ਇੱਧਰ ਰਾਈ। ਅੱਛਾ, ਉਹਦੀਆਂ ਕੇਸਟਾਂ ਬਣੀਆਂ ਨੇ 7। ਹਾਂ, ਉਹਨਾਂ ਦੇ ਨਾਲ ਜਿਹੜੇ ਰਹਿੰਦੇ ਸੀ ਮਾਛੀ, ਉਹਨੇ ਭਰੀਆਂ ਨੇ। ਠੀਕ ਹੈ। ਇੱਧਰ ਰਾਈ ਬੜਾ ਜਵਾਨ ਅਤੇ ਬੜਾ ਬਦਮਾਸ਼। ਅੱਛਾ, ਉਹਦਾ ਬੇਲੀ ਸੀ ਸਾਡੇ ਨੇੜੇ ਸੀ, ਮਮਦੋਟ। ਮਮਦੋਟ, ਮਮਦੋਟ ਨਵਾਬ, ਮਮਦੋਟ ਨਵਾਬ ਸਾਹਿਬ 84 ਪਿੰਡ ਦਾ ਮਾਲਕ ਸੀ। ਠੀਕ ਹੈ। 80 ਪਿੰਡ ਦਾ ਮਾਲਕ ਨਵਾਬ ਇਫਤਖਾਰ ਮਮਦੋਟ। ਹਾਂ, ਉਹਦਾ ਬੇਲੀ ਸੀ ਇੱਧਰ ਦਾ, ਹੈਦਰ ਰਾਈ ਦਾ ਉਹ ਬੇਲੀ ਸੀ। ਬੇਲੀ ਸੀ। ਠੀਕ ਹੈ। ਉਸ ਵਕਤ ਦੇ ਵਿੱਚ ਅਸਲਾ ਕੋਈ ਹੁੰਦਾ ਸੀ, ਕਿਤੇ ਡਾਂਗਾਂ ਹੀ ਹੁੰਦੀਆਂ ਸੀ, ਲੜਦੇ ਸੀ ਤਾਂ। ਅਤੇ ਉਹ ਇੱਧਰ ਕੋਲ ਬੰਦੂਕ ਹੁੰਦੀ ਸੀ। ਠੀਕ ਹੈ। ਕਿ ਉਹ ਬੰਦਾ ਤਕੜਾ ਸੀ ਜਿਹੜਾ, ਉਹਦਾ ਬੇਲੀ ਸੀ। ਹਾਂ, ਇਹ ਫਿਰ ਜਦੋਂ ਵੋਟਾਂ ਪਈਆਂ ਨਾ, ਅਤੇ ਲੈ ਦਰਖਾਸਤਾਂ ਹੋ ਗਈਆਂ। ਹਾਂ, ਉਸ ਵੇਲੇ ਦਰਖਾਸਤਾਂ ਹੋ ਗਈਆਂ ਤਾਂ ਉਸ ਵੇਲੇ ਤੁਰ ਪਏ ਆਪੋ ਆਪ ਵੋਟਾਂ ਮੰਗਣ ਵਾਸਤੇ। ਹਾਂ, ਸਾਡੇ ਤੋਂ ਵਾਹਵਾ ਪੰਜ ਸੀ ਖਾਂਗਾ ਪਿੰਡ, ਖਾਂਗਾ ਡੋਗਰ ਰਹਿੰਦੇ। ਠੀਕ ਹੈ। ਉਹ ਸੀ ਨਵਾਬ ਸਾਹਿਬ ਦੀ ਸਰਵਰ ਦੀ ਪਾਰਟੀ। ਅੱਛਾ, ਮੁਹੰਮਦ ਸਰਵਰ ਸੀ ਜਿਹੜਾ ਬੋਦਲਾ ਸੀ। ਹਾਂ, ਉਹਦੀ 22,000 ਕਿੱਲਾ ਮਾ ਪੈਲੀ ਸੀ, ਅਤੇ ਇਹਦੇ 84-80 ਪਿੰਡ ਸੀ। ਸਰਵਰ ਮੇਰਾ ਖਿਆਲ ਹੈ ਯੂਨੀਅਨਿਸਟ ਪਾਰਟੀ ਵੱਲੋਂ ਸੀ। ਹਾਂ, ਉਹਨਾਂ ਉਠਾਇਆ ਹੀ ਉਹਨਾਂ ਅੰਗਰੇਜ਼ਾਂ। ਅੱਛਾ ਅੱਛਾ ਅੱਛਾ। ਹਾਂ, ਅੰਗਰੇਜ਼ਾਂ ਉਠਾਇਆ। ਯੂਨੀਅਨਿਸਟ ਪਾਰਟੀ ਦਾ ਸੀ ਸਰਵਰ ਬੋਦਲਾ। ਆਹ, ਇਹ ਨਵਾਬ ਇਫਤਖਾਰ ਮਮਦੋਟ ਦੇ ਮੁਕਾਬਲੇ 'ਤੇ ਸੀ। ਹਾਂ। ਅੱਛਾ, ਫਿਰ ਜੀ ਇਹਨਾਂ ਦੋ ਦੇ। ਠੀਕ ਹੈ। ਅੱਛਾ, ਇਹ ਫਿਰ ਨਾ ਜਿਸਲੇ ਇਹਨਾਂ ਦੇ ਪਹਿਲੋਂ ਲੜਾਈ ਹੋ ਗਈ। ਹਾਂ, ਇਹਨੇ ਉਹਨਾਂ ਦੇ ਬੰਦੇ ਨੂੰ ਮਾਰਿਆ। ਇੱਕ ਸੰਤਾ ਸਿੰਘ ਸਿੱਖ ਸੀ ਖੁੰਜਾਂ ਦਾ, ਉਹ ਜਾਇਲਦਾਰ ਸੀ, 500 ਕਿੱਲੇ ਦਾ ਮਾਲਕ ਸੀ। ਉਹਦੀ ਤੇਂਦੀ ਲੱਗਦੀ ਸੀ ਇੱਧਰ ਦੀ। ਅੱਛਾ, ਇੱਧਰ ਦੇ ਬੰਦੇ ਨੂੰ ਉਹਨਾਂ ਮਾਰ ਦਿੱਤਾ, ਕਮੀਕਾਰੀ ਸੀ ਦੋ ਨੂੰ ਮਾਰ ਦਿੱਤਾ, ਇੱਕ ਘੁਮਿਆਰ ਸੀ ਇੱਕ ਮਾਛੀ। ਸੰਤਾ ਸਿੰਘ ਨੇ ਮਾਰਿਆ? ਸੰਤਾ ਸਿੰਘ ਦੇ ਬੰਦੇ ਇਕੱਲੇ, ਉਹ ਬਾਹਰ ਉਹਨਾਂ ਦੀ ਰਾਖੀ 'ਤੇ ਰਹਿੰਦੇ ਸੀ ਇੱਧਰ ਕੀ, ਉਹਨਾਂ ਨੂੰ ਰਾਤ ਮਾਰੀ। ਇੱਧਰ ਨੂੰ ਪਤਾ ਲੱਗ ਗਿਆ, ਇੱਧਰ ਵਾਅਦਾ ਕਰਦਾ ਸੀ ਵੀ ਇਸ ਵਾਅਦੇ 'ਤੇ ਮੈਂ ਆ ਜਾਣਾ, ਜੇ ਤੇਜੇ ਜਾਂ ਮਰਜ਼ੀ ਬੰਦਾ ਹੋ ਜਾ। ਲਲ ਕਰਕੇ ਆਉਂਦਾ ਸੀ? ਹਾਂ, ਲਲ ਕਰ। ਉਹਨੇ 8 ਦਿਨਾਂ ਦਾ ਵਾਅਦਾ ਦੇ ਦਿੱਤਾ, ਰੁਕਾ ਕਰ ਦਿੱਤਾ। ਅੱਛਾ ਜੀ, ਸਿੱਖ ਨੂੰ। ਅੱਛਾ ਜੀ, ਉਹਨੇ ਆਖਿਆ ਵੀ ਮੈਂ ਐਤਵਾਰ ਨੂੰ ਆ ਜਾਣਾ ਹੀ, ਫਿਰ ਤੂੰ ਭੁੱਲ 'ਚ ਨਾ ਰਹਿ ਜੀ, ਜੇ ਆਉਣਾ ਹੀ ਹੋ ਲੈ। ਵਾਹ, ਖੂਬੀਆਂ ਬੰਦਾ ਬਹਾ ਦਿੱਤਾ ਉੱਥੇ ਜਲਾਲਾਬਾਦ। ਅੱਛਾ, ਜਲਾਲਾਬਾਦ ਉਹਨੇ ਬੰਦਾ ਬਹਾ ਦਿੱਤਾ ਇੱਧਰ ਨੇ, ਵੀ ਤੂੰ ਜਦੋਂ ਇਹਦੀ ਜਿਣਸ ਆਵੇ ਦੀ ਨਾ, ਤਗੜਾ ਬੰਦਾ ਸੀ ਉਹ ਵੀ, ਉਹਦੇ ਗੱਡੇ ਆਉਂਦੇ ਸੀ ਜਿਣਸ ਦੇ। ਠੀਕ ਹੈ। ਕਣਕ ਛੋਲੇ ਉਹ ਸਾਰਾ 20-20 ਗੱਡੇ ਆਉਣੇ ਇਕੱਠੇ। ਹਾਂ ਹਾਂ, ਉਹਨੇ ਬੰਦਾ ਬਹਾ ਦਿੱਤਾ ਵੀ ਇੱਥੇ ਤੂੰ ਪੈਂਚਰ ਲਾਉਣਾ ਹੁੰਦਾ ਨਾ, ਸਦੀਕ ਹੁੰਦਾ ਨਾ, ਵੀ ਜਦੋਂ ਆਵੇ ਨਾ ਉਹਦੀ ਜਿਣਸ, ਅਤੇ ਮਗਰ ਉਹ ਅਬਲਖ ਘੋੜੀ 'ਤੇ ਆਉਂਦਾ ਸੀ ਫਿਰ ਸਿੱਖ, ਉਦੋਂ ਮੈਨੂੰ ਆ ਤੇ ਤੂੰ ਦੱਸਣਾ ਹੀ। ਹਾਂ ਹਾਂ, ਉਹਨੇ ਆਖਿਆ ਠੀਕ ਹੈ। ਉਹ ਉੱਥੇ ਬਹਿ ਗਿਆ, ਕੋਈ 10 ਦਿਨ ਗੁਜ਼ਰੇ ਤਾਂ ਉਹਦਾ ਆਇਆ, ਗੱਡੇ ਆ ਗਏ, ਲੱਦਾਂ ਆ ਗਿਆ, ਗੱਡੇ ਆ ਗਏ ਦਾਣਿਆਂ ਦੇ, ਕੋਟੂ ਸ਼ਾਹ ਦੀ ਆਦਤ ਸੀ, ਆੜ ਸੀ ਬੜਾ ਤਕੜਾ, ਆੜਤਾਂ ਬੜੀਆਂ ਵੱਡੀਆਂ ਸੀ। ਉੱਥੇ ਦਾਣੇ ਆ ਗਏ, ਉਹ ਭੱਜਣ ਲੱਗ ਪਏ, ਸਰਦਾਰ ਆਉਂਦਾ ਪਿਆ, ਸਰਦਾਰ ਆਉਂਦਾ ਪਿਆ, ਜੇ ਉਹ ਘੋੜੀ 'ਤੇ ਆ ਗਿਆ ਅਗਲਾ ਕਿ ਘੋੜੀ, ਉਹਨੇ ਵੀ ਆ ਕੇ ਹੁਣ ਦੱਸਣਾ ਸੀ। ਉਹਨੇ ਆਖਿਆ ਵੀ ਮੈਂ ਆਉਣਾ, ਅਤੇ ਉੱਥੇ ਨਿੰਮਾ ਸੀ, ਨਿੰਮਾ ਦੇ ਹੇਠ ਪਏ। ਅੱਛਾ, ਉਹ ਗੱਡੀ ਜਿਹੜੀ ਸੀ ਨਾ ਆਉਣੀ, ਉਹਨੇ ਤਰੀਕ 'ਤੇ ਜਾਣਾ ਸੀ ਫਿਰੋਜ਼ਪੁਰ, ਹੋਰ ਕੋਈ ਤਰੀਕ ਸੀ। ਜਿਸਲੇ ਉਹ ਬਾਬੂ ਤੋਂ ਪੁੱਛਿਆ ਨਾ ਵੀ ਗੱਡੀ ਕਿਸ ਵੇਲੇ ਆਉਣੀ, ਉਹਨੇ ਆਖਿਆ 1.5 ਘੰਟਾ ਗੱਡੀ ਲੇਟ, ਮੈਨੂੰ ਉਤਾਰ ਆ ਗਈ। ਉਹਨੇ ਸੁਣ ਲਿਆ, ਉਹਨੇ ਉਸ ਜਿਹੜਾ ਪੈਂਚਰ ਲਾਉਂਦਾ ਉਹ ਤਾਂ ਹੌਲੀ ਦੇ ਰਿਸ਼ਕੇ 'ਤੇ ਸਾਈਕਲ 'ਤੇ ਚੜਿਆ, ਉਹਨੇ ਆ ਕੇ ਇੱਧਰ ਨੂੰ ਦੱਸਿਆ, ਡੇਰੇ 'ਚ ਬੈਠ।
ਵਿਆਹ ਗਾਲੀ ਤੇ ਡੂਢ ਘੰਟਾ ਗੱਡੀ ਲੇਟ ਹੀ ਜਲਾ ਲਵਾ ਦੇ ਨੇੜੇ ਹੀ ਸੀ ਜਿੱਥੇ ਉਹ ਰਹਿੰਦੇ ਸੀ। ਉਹਨੇ ਆਖਿਆ ਅੱਛਾ ਉਹਦੇ ਪਿਓ ਦੇ ਜਵਾਨ ਰੱਖੇ ਸੀ ਚਾਰ ਜਵਾਨ, ਉਹਦੇ ਪਿਓ ਦੇ ਜਲਾਲਦੀਨ ਉਹਦਾ ਪਿਓ ਸੀ। ਅੱਛਾ ਜੀ। ਉਹ ਮਰ ਗਿਆ ਸੀ ਨਾ, ਇਹ ਚਾਰ ਪੰਜ ਭਰਾ ਸੀ ਇੱਧਰ, ਪਰ ਇਹ ਟੋਰਾ ਹੀ ਜਾਂਦਾ ਹੀ ਸੀ। ਉਹਨੇ ਉਹਨਾਂ ਚੋਂ ਨੂੰ ਸੱਦਿਆ, ਬਸ਼ੀਰ ਮਾਛੀ ਜਿਹਨੇ ਹੁਣ ਕੇਸਟਾਂ ਭਰੀਆਂ, ਬਸ਼ੀਰ ਮਾਛੀ, ਅਹਿਮਦੀਨਦਾਰ, ਖੁਸ਼ੀਆ ਬੁੱਟਰ ਅਤੇ ਖੁਸ਼ੀਆ ਹੈਗਾ ਸੀ ਚੌਹਾਨ, ਉਹ ਚਾਰ ਬੰਦੇ ਰੱਖੇ ਸੀ। ਉਹਨੇ ਆਖਿਆ ਨੌਕਰ ਨੂੰ ਆਖਿਆ ਉਹਨਾਂ ਨੂੰ ਸੱਦ ਦੇ ਲਏ, ਉਹਨਾਂ ਚੋਂ ਨੂੰ ਸੱਦ ਲਿਆਂਦਾ। ਉਹਨੇ ਆਖਿਆ ਵੀ ਚੱਲਣਾ ਆਪਾਂ ਅਤੇ ਉਹਨੂੰ ਮਾਰਨਾ ਨਹੀਂ, ਉਹਦੇ ਜ਼ੋਰ ਛੁਡਾ ਦੇਣੇ ਨੇ ਸਿੱਖ ਦੇ, ਉਹ ਸੰਤਾ ਸਿੰਘ ਜਿਹੜਾ ਮਾਰਨਾ ਨਹੀਂ। ਅੱਛਾ ਚਲੋ, ਉੱਥੋਂ ਵੀ ਉਹਨੇ ਜਾਂਦੇ ਰਹੇ। ਹੁਣ ਉਹ ਜਿਹੜੇ ਸੀ ਨਾ ਕੋਟੂ ਸ਼ਾਹ ਕੇ, ਜਿਹਨਾਂ ਦੀ ਆੜਤ ਦਾਣੇ ਜਾਂਦੇ ਸੀ ਅਤੇ ਬੜੇ ਤਕੜੇ, ਉਦੋਂ ਰੱਸੀਆਂ ਸਿੱਖ ਤੇ ਪੱਖਿਆਂ ਨੂੰ ਰੱਸੀਆਂ ਪਾਉਂਦੇ ਸੀ, ਬੀੜੀਆਂ ਉਹਦੀ ਝੱਲ ਵੱਜਦੀ ਸੀ ਪੱਖਿਆਂ ਦੀ, ਫੱਟੀ ਲੱਗੀ ਨੇ ਅਤੇ ਉਹਦੇ ਵਿੱਚ ਕੁੰਡਾ ਹੁੰਦਾ ਸੀ ਜੋ ਉਹਨੂੰ ਰੱਸੀ ਪਾਈ ਜਾਂਦੀ। ਉਹ ਨੌਕਰ ਛਿੱਕੀ ਜਾਏ ਤੇ ਉਹ ਨਾ ਕੰਘਾ ਐਡੇ ਐਡੇ ਸਿੱਖਾਂ ਦੇ ਹੁੰਦੇ ਸੀ ਵਾਲ, ਐਡੇ ਕੇਸ ਐਡੇ, ਉਹ ਫਿਰ ਅਸੀਂ ਸਿੱਧੇ ਬਾਹ ਤੇ ਨਾ ਅਤੇ ਇੱਥੇ ਮੂਸਰੀ ਬੰਨਦੇ ਸੀ ਇੱਥੇ, ਉਹ ਨੂੰ ਵਾਲ ਵਾਈ ਪੜ ਪਏ ਥੜਾ ਹੋਵੇ ਬਾਬਾ ਉੱਚਾ ਹੜ ਦੇ ਅੱਗੇ, ਛੇ ਗੋਲੀ ਦਾ ਪਿਸਤੌਲ ਉਹਦੇ ਕੋਲ ਵੀ ਹੋਵੇ। ਉਹਨੇ ਆਖਿਆ ਸਿੱਖਾ ਗੱਲ ਸੁਣ, ਜਦੋਂ ਗਿਆ ਥੜੇ ਦੇ ਨੇੜੇ ਹੋਇਆ, ਉਹਨੇ ਆਖਿਆ ਤੂੰ ਇਹ ਨਾ ਸੋਚੀ ਵੀ ਮੈਨੂੰ ਦੱਸਿਆ ਨਹੀਂ ਜਾ, ਇੱਧਰ ਨਹੀਂ ਆਖਿਆ ਤੂੰ ਜੇ ਜਾ ਹੋਣਾ ਹੀ ਹੋਰ ਹੈ, ਫਿਰ ਨਾ ਆਖੀ ਵੀ ਮੈਨੂੰ ਦੱਸਿਆ ਨਹੀਂ ਸੀ। ਉਹਦੀ ਖਾਲੀ ਨਿਕਲ ਗਈ, ਉਹਨੇ ਛਿੱਕ ਤੇ ਨਾ ਉਹ ਵਾਲਾਂ ਤੋਂ ਅਤੇ ਪਹੁੰਚਦੇ ਸੱਟ ਲਿਆ ਥੜੇ 'ਚ, ਘੁੱਟ ਘੁੱਟ ਕੇ ਆਉਂਦੇ ਜ਼ੋਰ ਛਿੜਾ ਦੇ ਬੁਰੇ ਹਾਲ ਕਰ ਦਿੱਤੇ। ਉਹ ਘੋੜੀ ਦੇ ਉੱਤੇ ਹੀ ਉਹਨਾਂ ਲੱਦ ਦਿੱਤਾ, ਉਸੇ ਘੋੜੀ 'ਤੇ ਰੱਸੇ ਲਾ। ਅੱਛਾ। ਅਤੇ ਘੋੜੀ ਪਜਾ ਦਿੱਤੀ ਸੀ, ਪਿੰਡ ਸੀ ਨੇੜੇ, ਉੱਥੇ ਜਦੋਂ ਆਪਣੀ ਘੋੜੀ ਅਤੇ ਉਹ ਸਾਰੇ ਸਿੱਖ ਤੇ ਇਕੱਠੇ ਹੋ ਗਏ ਵੀ ਸਰਦਾਰ ਨਾਲ ਕਿਹੜੀ ਕਿਸੇ ਕੀਤੀ। ਜਦੋਂ ਘੋੜੀ ਤੋਂ ਲਾਏ ਉਹਨਾਂ ਦਾ ਇਲਾਜ ਸੀ ਸ਼ਰਾਬ ਦਾ ਤੋੜਾ ਪੀਂਦੇ, ਸ਼ਰਾਬ ਪੀਂਦੇ, ਜਦੋਂ ਸ਼ਰਾਬ ਸ਼ੁਰੂ ਪੀ ਲਿਆ ਨਾ ਅਤੇ ਉਹਨੂੰ ਉਹਨਾਂ ਆਖਿਆ ਤੈਨੂੰ ਕੀ ਹੋਇਆ, ਕਿੰਨੇ ਮਾਰਿਆ, ਕੀ ਕੀਤਾ, ਉਹਨੇ ਆਖਿਆ ਮੇਰੀ ਜਵਾਨ ਦਾ ਰੋਗ। ਅੱਛਾ। ਅੱਛਾ, ਉਹ ਇਲੈਕਸ਼ਨ ਅੱਗੋਂ ਸ਼ੁਰੂ ਹੋ ਗਈ ਨਾ, ਉਹਨੂੰ ਫਿਰ ਉਹਨਾਂ ਇਹਨੇ ਫਿਰ ਰੁਕਾ ਕਰ ਦਿੱਤਾ ਅਤੇ ਉਹਨਾਂ ਦੇ ਬੰਦੇ ਦਸ ਮਾਰ ਦਿੱਤੇ। ਅੱਛਾ। ਦਸ ਇੱਕ ਇਹਨਾਂ ਕਪਤਾਨ ਬੇਲੀ ਸੀ ਉਹਦੇ ਕੋਲੋਂ ਅਸਲਾ ਲਗਿਆ ਫਿਰ ਹੈਦਰ ਰਾਈ, ਹਾਜ਼ਰ ਰਾਈ, ਹੈਦਰ ਰਾਈ ਜਲਾਲਾਬਾਦ ਦਾ ਸੀ, ਜਲਾਲਾਬਾਦ ਦਾ ਸੀ। ਅੱਛਾ। ਹਾਂ, ਜਲਾਲਾਬਾਦ ਦਾ ਸੀ। ਅੱਛਾ, ਉਹ ਨਾ ਉਹ ਮੀਆਂ ਦਸ ਬੰਦੇ ਮਾਰ ਦਿੱਤੇ। ਅੱਛਾ ਜੀ। ਉਹ ਪਤਾ ਨਹੀਂ ਕਿੰਨੀਆਂ ਗੋਲੀਆਂ ਦੀ ਸੀ ਬੰਦੂਕ ਕਿ ਕਲਾਸ਼ਨ ਕੋਪ ਸੀ, ਉੱਥੇ ਉਹਨੇ ਪਿੰਡ ਜੋੜੇ ਹੁਣ ਪੰਜ ਸੱਤ ਸਿੱਖ ਨੇ ਉਸ ਵਾਅਦੇ 'ਤੇ, ਬੂਟੇ ਹੋਣ ਬੂਟੇ ਪਿੰਡ ਦੇ ਨੇੜੇ 'ਚ, ਉੱਥੇ ਆਦਮ ਬੈਠਾ ਉਹਨਾਂ ਦਾ, ਰਾਹ 'ਚ ਇੱਕ ਬੇਲੀ ਸੀ ਦਾ ਇੱਧਰ ਦਾ, ਉਹਨੇ ਆਖਿਆ ਵੀ ਉਹ ਤਾਂ ਮੀਆਂ ਸਾਹਿਬ ਆਦਮ ਇੰਨਾ ਜੋੜੀ ਬੈਠਾ ਹੈ ਕੋਈ ਅੰਤ ਹੀ ਨਹੀਂ। ਉਹਨੇ ਆਖਿਆ ਕੋਈ ਨਹੀਂ, ਅੱਲਾ ਵਾਰਸ ਹੈ, ਜਾਣਾ ਮੈਂ ਜ਼ਰੂਰ ਹੈ। ਅੱਛਾ। ਉਹ ਚਾਰ ਬੰਦੇ ਨਾਲ ਅਤੇ ਪੰਜਵਾਂ ਵਾਪ ਬਸ ਗਏ ਨੇ। ਉੱਥੇ ਜਦੋਂ ਲੜ ਕਰਵਾਜੀ, ਉਹਨਾਂ ਕਿਸੇ ਨੇ ਬੰਦੂਕ ਚਲਾਈ ਅਤੇ ਉਹਦੇ ਪੈਰ 'ਚ ਛਰਲਾ ਲੱਗ ਗਿਆ ਇੱਥੇ। ਉਹਨੇ ਬਸ਼ੀਰ ਮਾਛੀ ਨੇ ਆਖਿਆ ਘੁਕਾ ਦੇ ਹੋਣਾ, ਉਹਨੇ ਫੇਰ ਦਿੱਤੇ ਦਸ ਬੰਦੇ ਆਦਮ ਦੀਆਂ ਪਾਜਣਾ ਪੈ ਗਈ, ਕੋਈ ਬੂਟਿਆਂ ਦੀ ਸਿਰ ਤੁਲੀ ਪਿਆ, ਕੋਈ ਭੱਜ ਗਏ ਕੁੱਕੀ ਵੀ ਕੁੱਕੀ ਵੀ, ਇਹ ਤਾਂ ਆਦਮ ਨੂੰ ਸਾਰੇ ਨੂੰ ਭੰਗ ਮਾਰਦੇ। ਅੱਛਾ। ਉੱਥੋਂ ਵੀ ਜੋ ਉਹਨਾਂ 'ਤੇ ਪਰਚਾ ਗਿਆ,
ਖਰਚਾ ਹੋ ਗਿਆ ਤੇ ਨਵਾਬ ਸਾਹਿਬ ਸੀ ਨਾ ਜਿਹੜਾ ਇਹਦੇ ਨਾਨਕੇ ਰਹਿੰਦੇ ਸੀ ਇੱਧਰ ਵੱਡੀਆਂ ਮਸੀਤਾਂ ਨੇ ਮੁਲਤਾਨ ਬਣੇ ਉੱਥੇ ਉਹ ਵੀ ਤਕੜੇ ਹੋਣੇ ਨੇ ਨਾ ਨਾਨਕੀ ਉਹਨੇ ਉਹਨੂੰ ਦੂਜੇ ਜਿਹੜੇ ਸੀ ਨਾ ਪਰਚੇ 'ਚ ਰੱਖੇ ਉਹ ਤਾਂ ਪੇਸ਼ ਹੋ ਗਏ ਅਤੇ ਇਹਨੂੰ ਉਹਨੇ ਆਖਿਆ ਮੈਂ ਤੈਨੂੰ ਪੇਸ਼ ਨਹੀਂ ਕਰਨਾ ਉਹ ਉੱਥੇ ਜਾ ਕੇ ਛੱਡਿਆ ਨਾਨਕਿਆਂ 'ਚ ਇੱਧਰ ਨੂੰ ਇੱਧਰ ਨੂੰ ਇੱਧਰ ਅੱਗੋਂ ਇਲੈਕਸ਼ਨ 'ਤੇ ਆਪਣੇ ਦਰਖਾਸਤਾਂ ਹੋ ਗਈਆਂ ਤੁਰਨ ਲੱਗ ਪਏ ਉਹ ਜਿਹੜਾ ਕਾਂਗਾ ਪਿੰਡ ਸੀ ਨਾ ਉਹ ਡੋਗਰਾਂ ਦਾ ਉਹ ਸੀ ਨਵਾਬ ਆਪਣੇ ਸਰਵਰ ਦੀ ਪਾਰਟੀ ਠੀਕ ਹੈ ਉਹ ਸਰਵਰ ਦੀ ਪਾਰਟੀ ਦੇ ਸੀ ਉਹ ਜਦੋਂ ਉਹਨੇ ਜਦੋਂ ਗਿਆ ਨਾ ਸਰਵਰ 'ਚ ਉਹਨੇ ਆਖਿਆ ਵੀ ਨਵਾਬ ਸਾਹਿਬ ਦੀ ਆਵੇ ਨਾ ਕਾਰ ਅਤੇ ਉਹਦੇ ਸ਼ੀਸ਼ੇ ਭੰਨ ਦਿਆ ਜੀ ਰੋੜੇ ਮਾਰ ਕੇ ਹਾਂ ਸਰਵਰ ਨੇ ਆਖਿਆ ਉਹਨੇ ਆਖਿਆ ਠੀਕ ਹੈ ਉਹਨਾਂ ਰੋੜੇ ਰਾੜੇ ਮਾਰੇ ਉਹਨਾਂ ਰੋੜੇ ਮਾਰ ਕੇ ਅਗਲੀ ਸਕਰੀਨ ਭੰਨ ਅੱਛਾ ਉਹਨੇ ਆ ਕੇ ਤਾਂ ਉਦੋਂ ਪਾਰਟੀਆਂ ਸਾਰੀਆਂ ਰਲ ਕੇ ਬੈਠੀਆਂ ਹੁੰਦੀਆਂ ਸੀ ਜਦੋਂ ਉਹ ਇਲੈਕਸ਼ਨ ਆਉਣਾ ਸੀ ਕੋਈ ਇੱਕ ਤਾਂ ਨਹੀਂ ਸੀ ਬੈਠਾ ਬਾਬਾ ਮੰਦਰੀ ਜਿਹਨਾਂ ਉਹਨੂੰ ਆਤਿਆ ਉਹਨੇ ਆਖਿਆ ਨਵਾਬ ਸਾਹਿਬ ਨੇ ਵੀ ਮੈਂ ਇਲੈਕਸ਼ਨ ਨਹੀਂ ਲੜਦਾ ਅਤੇ ਦੇਰ ਰਹਿ ਗਏ ਅੱਠ ਇਲੈਕਸ਼ਨ ਉਹਨੇ ਆਖਿਆ ਉਹ ਨਹੀਂ ਲੜਨਾ ਉਹਨੇ ਆਖਿਆ ਇੱਕ ਤਰੀਕੇ ਮੈਂ ਲੜਨਾ ਇੱਧਰ ਮੇਰੇ ਨਾਲ ਹੋਵੇ ਤਾਂ ਫਿਰ ਮੈਂ ਲੜਨਾ ਅੱਛਾ ਉਹਨੇ ਆਖਿਆ ਚਲੋ ਆਪਾਂ ਜੇਲ੍ਹ 'ਚ ਪਤਾ ਕਰਨੇ ਜੇ ਗਏ ਤਾਂ ਇੱਧਰ ਹੈ ਹੀ ਨਹੀਂ ਸੀ ਦੂਜੇ ਸਾਰਿਆਂ ਦਾ ਨਾਮ ਬੋਲਦਾ ਹੈ ਤਾਂ ਇੱਧਰ ਨਹੀਂ ਉਹਨੇ ਆਖਿਆ ਤੁਸੀਂ ਮੈਨੂੰ ਬਰੀ ਲਿਖ ਦਿਓ ਅਤੇ ਮੈਂ ਆਪੇ ਲੱਭ ਲਾ ਬਰੀ ਲਿਖਾ ਲਿਆ ਉਹਨੂੰ ਅਤੇ ਬਰੀ ਹੋ ਗਿਆ ਉਹ ਜਾ ਕੇ ਅਤੇ ਉਹਨੂੰ ਫਿਰ ਲੈਣ ਗਿਆ ਨਵਾਬ ਸਾਹਿਬ ਉੱਥੇ ਗਿਆ ਮਿਲੇ ਜੁੜੇ ਉਹਨਾਂ ਨਾਨਕਿਆਂ ਨੂੰ ਆਉਂਦਾ ਮਾਮਿਆਂ ਨੂੰ ਆਉਂਦਾ ਵੀ ਮੇਰੀ ਅਮਾਨਤ ਉਹਨੇ ਆਖਿਆ ਉਹ ਕੋਠੀ ਦੇ ਵਿੱਚ ਬੈਠਾ ਜੇ ਵੇਖ ਲੈ ਨੌਕਰ ਛੱਡਿਆ ਇਹਦੇ 'ਚ ਅੱਛਾ ਰਾਤ ਹੋ ਕੇ ਜੈਸੇ ਉੱਥੋਂ ਤੁਰੇ ਅਤੇ ਉਹਨੇ ਦੱਸਿਆ ਨਹੀਂ ਵੀ ਆ ਅਗਲੀ ਸ਼ੀਸ਼ਾ ਤੋੜਿਆ ਹੈ ਡੋਗਰਾ ਨੇ ਜਦੋਂ ਬੈਠੇ ਵਿੱਚ ਤਾਂ ਉਹਨੇ ਵੇਖਿਆ ਨਾ ਤਾਂ ਉਹਨੇ ਆਖਿਆ ਖਾਂ ਜੀ ਆ ਸ਼ੀਸ਼ਾ ਟੁੱਟਿਆ ਉਹਨੇ ਆਖਿਆ ਆਹੀ ਤਾਂ ਗੱਲ ਇਹ ਡੋਗਰਾ ਨੇ ਛੋਰਾਂ ਨੇ ਤੋੜਿਆ ਵੀ ਖਾਂਘੇ ਵਾਲਿਆਂ ਨੇ ਅੱਛਾ ਉਹਨੇ ਆਖਿਆ ਫਿਰ ਇਸੇ ਰਾਹ 'ਤੇ ਚੱਲਣਾ ਖਾਂਘੇ ਵਾਲੇ ਰਾਹ 'ਤੇ ਜਾਣਾ ਜਿਹੜੇ ਰਾਹ ਉਹ ਪਿੰਡ ਆਉਣਾ ਨਾ ਉਸ ਰਾਹ ਦੇ ਵਿੱਚ ਪਿੰਡ ਦੇ ਵਿੱਚੋਂ ਲੰਘ ਕੇ ਜਾ ਠੀਕ ਹੈ ਬੜਾ ਜਵਾਨ ਬੰਦਾ ਲੰਘ ਗਏ ਬੁੜੀਆਂ ਉੱਥੇ ਵੇਖਣ ਵੀ ਉਹ ਇੱਧਰ ਆਉਂਦਾ ਪਿਆ ਇੱਧਰ ਆਉਂਦਾ ਪਿਆ ਇੱਧਰ ਆਉਂਦਾ ਅੱਛਾ ਅੱਛਾ ਉਹ ਫਿਰ ਨਾ ਪਿੰਡ ਆ ਗਏ ਪਰੋਈਪੁਰ ਫਿਰ ਲੱਗ ਗਏ ਉੱਧਰੋਂ ਦੀ ਖਾਣੇ ਪੀਣੇ ਹੋਟਲ ਇੱਥੋਂ ਲਾ ਤੇ ਜਿਵੇਂ ਉਹ ਕਿੱਲਾ ਕਿੱਲਾ ਪਾਉਂਦੇ ਇੱਕ ਮਣੇ ਉਹਨਾਂ ਦਾ ਲੱਗਾ ਇੱਕ ਮਣੇ ਉਹਨਾਂ ਦਾ ਜਿੱਧਰੋਂ ਮਰਜ਼ੀ ਕੁ ਖਾਧੀ ਜਿੱਧਰੋਂ ਮਰਜ਼ੀ ਵੋਟ ਪਾਈ ਅੱਛਾ ਇਲੈਕਸ਼ਨ ਦੇ ਦਰਮਿਆਨ ਹਾਂ ਇਲੈਕਸ਼ਨ ਹੋਵੇ ਇਲੈਕਸ਼ਨ ਦਾ ਹੋਟਲ ਬਣਾ ਤਾ ਹੋਟਲ ਬਣਾਏ ਦੋ ਉਹ ਇੱਕ ਨਵਾਬ ਸਾਹਿਬ ਨੇ ਅਤੇ ਇੱਕ ਸਰਵਰ ਨੇ ਅੱਛਾ ਪੱਕੀ ਸੜਕ ਦੇ ਪਾਸੇ ਉਦੋਂ ਵੀ ਲੋਕਾਂ ਨੂੰ ਖਵਾ ਪਿਆ ਕੇ ਵੋਟ ਲੈਂਦੇ ਸੀ ਕੋਈ ਖਾਧੀ ਜਾਂਦੇ ਸੀ ਉੱਧਰੋਂ ਖਾਧੀ ਜਾਂਦਾ ਉੱਧਰੋਂ ਖਾਧੀ ਜਾਂਦਾ ਵੋਟ ਜਿੱਧਰ ਮਰਜ਼ੀ ਪਾਈ ਜਾ ਅੱਛਾ ਠੀਕ ਹੈ ਇਹ ਫਿਰ ਹੋ ਗਿਆ ਨਵਾਬ ਸਾਹਿਬ ਨਵਾਬ ਮਮਦੋਟ ਜਿੱਤ ਗਿਆ ਸੀ ਜਿੱਤ ਗਿਆ